ਹੋ ਗਿਆ, ਜੀਪਾਂ ਹੋ ਗਿਆ, ਟਰੈਕਟਰ ਹੋ ਗਏ, ਬਾਈਕਸ ਹੋ ਗਏ, ਜਾਂ ਛੋਟੇ ਬੱਚਿਆਂ ਵਾਸਤੇ ਜਿਹੜੇ ਵੀ ਟੋਇਸ ਨੇ ਸਾਰੇ ਹੀ ਤੁਹਾਨੂੰ ਮਤਲਬ ਕਿ ਮਿਲ ਜਾਣਗੇ। ਸਾਰੇ ਤਰ੍ਹਾਂ ਦੇ ਟੋਇਸ ਤੁਹਾਨੂੰ ਬਸ ਇੱਕ ਛੱਤ ਦੇ ਹੇਠਾਂ ਮਿਲ ਜਾਣਗੇ। ਤੁਸੀਂ ਕਿਸੇ ਵੀ ਤਰ੍ਹਾਂ ਦੇ ਕੋਈ ਵੀ ਟੋਇਸ ਜਿਹੜਾ ਕਿ ਲੈ ਸਕਦੇ ਹੋ, ਛੋਟੇ ਤੋਂ ਛੋਟੇ ਬੱਚੇ ਵਾਸਤੇ, ਵੱਡੇ ਤੋਂ ਵੱਡੇ ਬੱਚੇ ਦੇ, ਹਰ ਤਰ੍ਹਾਂ ਦੀ ਬਹੁਤ ਹੀ ਲਗਜ਼ਰੀ ਗੱਡੀ ਹੈ, 10,000 ਦੇ ਦੇਣੇ ਆ ਤੇ 3 ਰੁਪਈਆ ਤੇ ਇੱਕ ਕੁੱਤਾ ਤੋਂ ਮਤਲਬ ਕਿ ਆਫਰ ਗੁੱਡ ਟਾਈਮ ਲੁਧਿਆਣਾ ਕਰਾਣਾ ਜੀ ਦਿੱਤਾ ਹੈ। ਸੋ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਜਿਹੜੇ ਮਤਲਬ ਕਿ ਕੋਈ ਲੈ ਸਕਦੇ ਹਨ ਨਾ, ਸ਼ੌਪਿੰਗ ਪੂਰੇ ਕਰ ਸਕਦੇ ਹੋ, ਸ਼ੌਪਿੰਗ ਜਿਹੜਾ ਕਿ ਪੂਰਾ ਕਰ ਸਕਦੇ ਹੋ। ਟਰੈਕਟਰ ਸੀਗੇ ਤੇ ਚੌਥਾ ਜੋਂਡੀ ਟਰੈਕਟਰ ਨੂੰ ਦੋਸਤਾਂ ਨੇ ਖਰੀਦ ਲਿਆ ਤੇ ਫਰਾਣਾ ਜੀ ਮੈਂ ਤੁਹਾਨੂੰ ਦੱਸ ਦਿੰਦਾ, ਜੋਂਡੀ ਵਰਗਾ ਟਰੈਕਟਰ ਤਾਂ ਅੱਜ ਤੱਕ ਬਣਿਆ ਤੇ ਨਾ ਹੀ ਬਣਨਾ ਹੈ। ਪਹਿਲਾਂ ਟਰੈਕਟਰ ਦੇਖਿਆ ਦੋਸਤੋ ਵੀ ਜਿਹੜਾ ਬੱਚਿਆਂ ਵਾਸਤੇ PRD ਆ ਚੁੱਕਿਆ, ਜਿਵੇਂ 53 ਜੰਪ ਆ ਗਿਆ, 53 ਜਨਮ ਪੰਜ ਆ ਗਿਆ, ਸੇਮ ਮੈਂ ਕਹਿੰਦਾ ਵੀ ਆਹ ਏਅਰ ਫਿਲਟਰ ਉਹਨਾਂ ਦਾ ਇੱਥੇ ਆਇਆ ਦੇਖੀ। ਬਾਜ਼ਾਰ ਨਾ ਜਬ ਕੋਈ ਗੱਲ ਕਰੀਏ 13,000 ਦਾ ਟਰੈਕਟਰ ਹੈਗਾ ਜੁੰਡੀ ਹੈ, 13,000 ਕਹਿੰਦਾ ਜੱਟ ਦਾ ਕਹਿੰਦਾ ਨਾ ਸੋਦਾ ਪਾਲਦਾ ਜਾਂ ਕੋਈ ਰੋਡਾ ਜਿਹੜੇ ਸ਼ੌਕੀਨ ਨੇ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ, ਸਾਡੇ ਲੁਧਿਆਣੇ ਸ਼ਹਿਰ ਆ ਜਾਇਓ, ਤੁਹਾਨੂੰ ਇਸ ਤੋਂ ਫੇਮਸ ਵਰਾਈਟੀਆਂ ਹੋਰ ਦਿਖਾਵਾਂਗੇ, ਤੁਹਾਡੇ ਮਤਲਬ ਦਾ ਸੋਦਾ ਦੇ ਦਾਂਗੇ। ਕਹਿੰਦੇ ਇੰਡੀਆ ਦਾ ਪਹਿਲਾ ਜੋੜੀਆ ਟਰੈਕਟਰ ਆ ਚੁੱਕਿਆ, ਬੱਚੇ ਦੀ ਏਜ ਦੇ ਅਕੋਰਡਿੰਗ ਸ਼ੀਲ ਬੇਟਾ ਆਇਆ।
ਨਾਲੇ ਇੰਨੀ ਉਮਰ ਛੋਟੀ ਹੈ, ਇਹਦੇ 6 ਸਾਲ 8 ਸਾਲ ਦਾ ਬੱਚਾ ਵੀ ਚਲਾ ਸਕਦਾ ਹੈ ਚੀਜ਼ਾਂ ਤੁਹਾਡੇ ਮਤਲਬ ਦੀਆਂ, ਕਿਉਂਕਿ ਅਸੀਂ ਇੰਨਾ ਗੁੜ ਬਣ ਚੁੱਕੀਆਂ ਚੀਜ਼ਾਂ ਦੇ ਵਿੱਚ ਜਿਹੜਾ ਘਰੇ ਚਾਹੂਗਾ ਕਹਿੰਦੇ ਖੁਦ ਫੀਲ ਕਰੇਗਾ ਯਾਰ ਵਾਕਈ ਅਸੀਂ ਆਏ, ਕਿਉਂਕਿ ਮੈਕਸੀਮਮ ਪੰਜਾਬ ਦੇ ਜਿੰਨੇ ਉਹਦੇ ਵਿੱਚ ਬੈਠੇ ਨੇ ਕਹਿੰਦੇ ਭਾਈ ਕਿਸੇ ਨੂੰ ਮੇਰਾ ਬੜਾ ਅਬੋਲ ਸ਼ਹਿਰ ਤੋਂ ਆਇਆ ਅਤੇ ਮੈਂ ਗੱਲ ਕਰਾਂ ਫਾਇਦਾ ਕਰਨ ਲਈ ਮੋਬਾਈਲ ਚੱਕਣਾ ਬਹੁਤ ਵੱਡੀ ਕੀਮਤ ਦੀ ਗੱਲ ਹੁੰਦੀ ਹੈ, ਬੰਦਾ ਕਹਿੰਦਾ ਨਾ ਮੈਂ ਤਾਂ ਕੰਮ ਕਰਨਾ ਖੇਤਾਂ ਦਾ, ਤੂੰ ਰੋਟੀ ਪਕਾ ਲਈ ਜਿਹੜੇ ਰੋਟੀ ਪਕਾਉਣ ਤੇ ਖੇਤਾਂ ਦੇ ਨਾਲ ਨਾਲ ਲੋਕਾਂ ਨੂੰ ਰੰਗ ਮਾਣੇ ਆਉਂਦਾ ਵੀ ਤੁਹਾਡਾ ਇੰਨਾ ਤੁਹਾਡਾ ਫਾਇਦਾ ਹੋ ਰਿਹਾ ਜੇ ਹਲੇ ਫੋਟੋ ਕੀਤਾ ਸਫਾਈ ਦੇ ਵੀ 2 ਪੇਜ ਬਣ ਗਏ ਤੇ ਦਾਸ ਦੇ ਵੀ ਬ੍ਰੈਂਡ ਗੁਰੂ ਦਾ ਜਿਹੜਾ ਪੇਜ ਬਣਿਆ ਤੁਸੀਂ ਪਿਆਰ ਦਿੰਦੇ ਹੋ ਜ਼ਰੂਰ ਫੋਲੋ ਚੰਗੀ ਚੀਜ਼ਾਂ ਨੂੰ ਕਰੋ, ਤਾਂ ਲੱਗਦਾ ਅਸੀਂ ਮੈਂ ਪ੍ਰਾਈਸ ਨਹੀਂ ਦੇ ਰਿਹਾ ਤਾਂ ਮੇਰੇ ਤਾਂ ਸੋਦਾ ਨਹੀਂ ਹੈਗਾ ਤਾਂ ਮੇਰੇ ਰੇਟ ਘੱਟ ਨਹੀਂ ਗਏ ਤੇ ਮੇਰੇ ਵੀ ਨੂੰ ਅਨਫੋਲੋ ਕਰ ਦਿਓ, ਦੋ ਟਿੱਪਣੀਆਂ ਪਾ ਦਿਓ ਮੈਨੂੰ ਕੋਈ ਫਰਕ ਨਹੀਂ, ਪਰ ਮੈਂ ਜੇ ਦਿਖਾ ਰਿਹਾ ਮੈਂ ਦੇਣਾ ਚਾਹੁੰਦਾ ਤੁਹਾਡਾ ਫਾਇਦਾ ਕਰਾਉਣਾ ਚਾਹੁੰਦਾ ਭਰਾ ਦੇ ਬਿਲਕੁਲ ਮੈਂ ਦੱਸਣਾ ਚਾਹੂੰਗਾ ਫਰੋਡ ਤੋਂ ਬਚਣੀ ਹੋ ਕਿਉਂਕਿ ਅਸੀਂ ਵੀ ਜਿਹੜੀ ਤੁਹਾਨੂੰ ਕਾਲ ਆਉਂਦੀ ਹੈ ਸਾਨੂੰ 24 ਤੋਂ 36 ਘੰਟੇ ਟਾਈਮ ਚਾਹੀਦਾ ਤੁਹਾਨੂੰ ਰਿਪਲਾਈ ਕਰਨ ਦਾ, ਵੀ ਗੁਰਦੁਆਰੇ ਦੇ ਪੇਜ ਜਿਹੜੇ ਫੋਲੋ ਕਰ ਰਹੇ ਸਮੋਹ ਤੋਂ ਉੱਪਰ ਇੰਸਟਾਗ੍ਰਾਮ ਦੇ ਪੇਜ ਬਣ ਚੁੱਕੇ ਨੇ, ਪਰ ਤੁਸੀਂ ਕਿਸੇ ਵੀ ਪੈਸੇ ਅਕਾਊਂਟ 'ਚ ਪਾਉਂਦੇ ਹੋ ਸਾਡੇ ਜ਼ਿੰਮੇਵਾਰੀ ਨਹੀਂ ਹੈ, ਵੀਡੀਓ ਕਾਲ ਮੇਰਾ ਸਟਾਫ ਚੱਕਦਾ ਹੈਗਾ ਬਹੁਤ ਸਟਾਫ ਅੱਛਾ ਬੰਦਾ ਕਾਲ ਕਸਟਮਰ ਕਰ ਰਹੇ ਹਾਂ, ਸਾਡਾ ਇੱਕ ਮੋਟਿਵ ਹੈ ਉਹਦੀ ਪ੍ਰੋਡਕਟ ਲੈਣੀ ਹੈ ਤੁਸੀਂ ਕਿਸੇ ਨੂੰ ਵੀ ਫੋਨ ਕਰ ਰਹੇ ਹੋ, ਕੱਪੜੇ ਤੋਂ ਇਲਾਵਾ ਜੁੱਤੀਆਂ ਦੀ ਦੁਕਾਨ ਹੈ ਰਾਸ਼ਨ ਦੁਕਾਨ ਹੈ ਬਹੁਤ ਕੱਪੜਾ ਖੁਸ਼ ਹੋ ਰਿਹਾ ਵਪਾਰ ਹੋ ਰਿਹਾ, ਉਹਨੂੰ ਇੱਕੋ ਗੱਲ ਪੁੱਛਣੀ ਬਈ ਸਾਨੂੰ ਵੀਡੀਓ ਕਾਲ ਕਰਕੇ ਸਮਾਨ ਦਿੱਤਾ ਤਾਂ ਪੈਸੇ ਪਾਉਣੇ, ਅਗਰ ਕੋਈ ਲੁਧਿਆਣੇ ਮੇਰਾ ਸਟੋਰ ਆ ਸਕਦੇ ਹੋ ਕਹਿੰਦੇ ਕਿਹੜੀ ਵਾਰ ਦਾ ਮਨ ਕਰਦਾ ਹੈ ਤੇ ਮਾਡਲ ਟਾਊਨ ਲੁਧਿਆਣਾ ਸ਼ਹਿਰ ਮੇਰੇ ਆਈ ਹੋ ਜੇ ਤਾਂ ਘਰੇ ਬੈਠੇ ਸਮਾਨ ਮੰਗਵਾਉਣਾ ਚਾਹੁੰਦੇ ਹੋ ਜ਼ਰੂਰ ਇੱਕ ਵਾਰੀ ਵੀਡੀਓ ਕਾਲ ਕਰਕੇ ਸਮਾਨ ਦਿਓ ਤਾਂ ਕਿ ਪੁਰਾਣੇ ਦਿੱਤੀ ਇਨਫੋਰਮੇਸ਼ਨ ਤੁਹਾਡੇ ਕਹਿੰਦੇ ਨਾ ਇੱਕ ਜੇਬ ਦੇ ਵਿੱਚ 2000-5000 ਦਾ ਫਾਇਦਾ ਹੋਵੇ ਤਾਂ ਹੀ ਚਲਾਈ ਇਹਨੂੰ ਜੈਸਵਿਪ ਚਲਾਓ ਆਹ ਦੇਖੋ ਤੁਸੀਂ ਆਪ ਜੀ ਮੈਂ ਕਹਾਂ